ਲੋਕ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆਉਂਦੀਆਂ ਪਈਆਂ ਨੇ ਉਸੇ ਹਿਸਾਬ ਨਾਲ ਸਿਆਸੀ ਲੋਕ ਵੀ ਆਪਣੇ ਰੰਗ ਬਦਲਦੇ ਹਨ। ਤੁਸੀਂ ਵੇਖ ਰਹੇ ਹੋ ਇਹ ਜੋ ਵੀਡੀਓ ਹੈ ਜਲੰਧਰ ਦੇ ਨਕੋਦਰ ਦੀ ਹੈ, ਜਿੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਮ ਲੋਕਾਂ ਦੇ ਨਾਲ ਬਹਿ ਕੇ ਸੱਤ ਚ ਤਾਸ਼ ਖੇਡ ਰਹੇ ਨੇ। ਚਰਨਜੀਤ ਸਿੰਘ ਚੰਨੀ ਆਪਣੇ ਪ੍ਰਚਾਰ ਨੂੰ ਲੈ ਕੇ ਹਮੇਸ਼ਾ ਮਸ਼ਹੂਰ ਰਹਿੰਦੇ ਨੇ। ਉਸੇ ਦੌਰਾਨ ਤੁਸੀਂ ਅੱਜ ਵੇਖ ਸਕਦੇ ਹੋ ਕਿਸ ਤਰ੍ਹਾਂ ਆਮ ਲੋਕਾਂ ਵਿੱਚ ਬਹਿ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਾਸ਼ ਖੇਡ ਰਹੇ ਨੇ। ਅਕਸਰ ਹੀ ਲੋਕ ਚੰਨੀ ਦਾ ਮਜ਼ਾਕ ਵੀ ਉਡਾਉਂਦੇ ਨੇ ਕਿਉਂਕਿ ਚੰਨੀ ਹਰ ਵੇਲੇ ਚਰਚਾ 'ਚ ਰਹਿੰਦੇ ਨੇ। ਜਿਸ ਦੌਰਾਨ ਚੰਨੀ ਮੁੱਖ ਮੰਤਰੀ ਸਨ ਉਸ ਵੇਲੇ ਉਹ ਹਮੇਸ਼ਾ ਜਿੱਧਰ ਵੀ ਜਾਂਦੇ ਸਨ ਤਾਂ ਕਹਿ ਦਿੰਦੇ ਸਨ, ਜਿਵੇਂ ਕਿ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਸੀ। ਇੱਕ ਉਹਨਾਂ ਦੀ ਵੀਡੀਓ ਬੱਕਰੀ ਚੋਂਦੇ ਦੀ ਵਾਇਰਲ ਹੋਈ ਸੀ ਤਾਂ ਉਸ 'ਚੋਂ ਕਹਿ ਰਹੇ ਨੇ ਕਿ ਮੈਂ ਬੱਕਰੀ ਵੀ ਚੋ ਲੈਂਦਾ। ਟੈਂਟ ਵਾਲਿਆਂ ਨਾਲ ਵਾਇਰਲ ਹੋਈ ਸੀ ਤਾਂ ਕਹਿੰਦੇ ਸਨ ਕਿ ਮੈਂ ਟੈਂਟ ਵੀ ਲਾ ਲੈਂਦਾ। ਇਸੇ ਤਰ੍ਹਾਂ ਹੁਣ ਜਦੋਂ ਇਹ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਲੋਕ ਕਹਿ ਰਹੇ ਨੇ ਚੰਨੀ ਤਾਸ਼ ਵੀ ਖੇਡ ਲੈਂਦਾ ਹੈ, ਚੰਨੀ ਸੀਪ ਵੀ ਲਾ ਲੈਂਦਾ ਹੈ। ਚਲੋ ਵੀਡੀਓ ਤਾਂ ਵਾਇਰਲ ਹੋ ਰਹੀ ਹੈ, ਤੁਸੀਂ ਵੀ ਦਿਓ ਆਪਣੀ ਰਾਏ, ਕੀ ਕਹਿਣਾ ਚਾਹੋਗੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇਸ ਵੀਡੀਓ ਤੇ, ਕਮੈਂਟ ਦੇ ਵਿੱਚ ਆਪਣੇ ਵਿਊਜ਼ ਦਿਓ।